ਲੁਧਿਆਣੇ ਤੋਂ ਆਏ ਦਿਨ ਗੁੰਡਾਗਰਦੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਫਿਰ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਚੱਲਦਿਆਂ ਲੁਧਿਆਣਾ ਦੇ ਮਿਲਰਗੰਜ ਇਲਾਕੇ ਵਿੱਚ ਹਥਿਆਰਬੰਦ ਨੌਜਵਾਨਾਂ ਨੇ ਪਰਿਵਾਰਕ ਕਲੇਸ਼ ਦੇ ਚੱਲਦਿਆਂ ਮੋਟਰਸਾਈਕਲ ਸਵਾਰਾਂ 'ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਇਨੋਵਾ ਕਾਰ ਵਿੱਚ ਆਏ ਹਮਲਾਵਰ ਜਾਂਦੇ ਜਾਂਦੇ ਮੋਟਰਸਾਈਕਲ ਨੂੰ ਵੀ ਅੱਗ ਲਾ ਗਏ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਤਲ 'ਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਅਤੇ 3 ਮੁਲਜ਼ਮ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ, ਪਰ ਉਸਦੇ ਸਹੁਰੇ ਉਸਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸਨ। ਇਸ ਕਾਰਨ ਉਹ ਪੇਕੇ ਆ ਕੇ ਰਹਿੰਦੀ ਸੀ। ਉਸਨੇ ਦੱਸਿਆ ਕਿ ਉਸਦੇ ਸਹੁਰੇ ਉਸਦਾ ਬੱਚਾ ਮੰਗਦੇ ਸਨ। ਉਸਨੇ ਦੱਸਿਆ ਕਿ ਉਸਦੇ ਸਹੁਰੇ ਉਸ 'ਤੇ ਕਈ ਵਾਰ ਹਮਲਾ ਵੀ ਕਰ ਚੁੱਕੇ ਹਨ ਅਤੇ ਬੀਤੀ ਸ਼ਾਮ ਵੀ ਉਸਦੇ ਸਹੁਰਿਆਂ ਨੇ ਉਸਦੇ ਰਿਸ਼ਤੇਦਾਰਾਂ 'ਤੇ ਹਮਲਾ ਬੋਲ ਦਿੱਤਾ। ਉਸਨੇ ਆਪਣੇ ਪਤੀ ਸੰਦੀਪ ਸਿੰਘ ਸਮੇਤ ਸਾਰੇ ਹਮਲਾਵਰਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਮੈਂ ਸਹੀ ਕਹੀ ਹਾਂ, ਮੇਰੇ ਨਾਲ ਨਜਾਇਜ਼ ਹੁੰਦੀਆਂ ਰਹੀਆਂ, ਮੈਂ ਸਹਿੰਦੀ ਰਹੀ। ਮੈਨੂੰ ਇਹਨਾਂ ਨੇ ਕਿੰਨਾ ਕੁੱਟਣ ਮਾਰਨ 'ਤੇ ਕੋਸ਼ਿਸ਼ ਕੀਤੀ। ਜਦੋਂ ਮੇਰੇ ਮੁੰਡਾ ਹੋ ਗਿਆ, ਮੇਰਾ ਹੋਸਪਿਟਲ ਮੇਰੀ ਮਾਂ ਦੇ ਕੱਪੜੇ ਫਾੜਤੇ ਉਹਨਾਂ ਨੇ। ਜਦੋਂ ਕੱਪੜੇ ਪਾੜੇ ਮੈਂ ਕਹਿੰਦੀ, ਚਲ ਮੇਰੇ ਮਾਂ ਪਾਪਾ ਨੇ ਮੈਨੂੰ ਫਿਰ ਭੇਜਤਾ ਵੀ ਚੱਲ ਕੋਈ ਨਾ ਸੁਧਰ ਜਾਣਗੇ, ਬੰਦੇ ਸੁਧਰਨ ਵਾਲੇ ਨਹੀਂ ਹੈਗੇ। ਅਤੇ ਮੇਰੇ ਬੱਚੇ ਨੂੰ ਦਾਰੂ ਪਿਲਾਉਂਦੇ ਨੇ, ਨਾਲੇ ਮੀਟ ਖਿਲਾਉਂਦੇ ਨੇ ਕਿ ਡੋਡੇ ਕਹਿੰਦੇ ਦੇ ਦਈਏ, ਘੋਲ ਘੋਲ ਕੇ ਜਵਾਕ ਨੂੰ ਦਿੰਦੇ ਨੇਗੇ। ਮੈਂ ਉਹਨਾਂ ਨੂੰ ਕਿਹਾ ਕਿ ਵੀ ਆਹ ਕੰਮ ਨਹੀਂ ਕਰਨਾ ਹੈਗਾ, ਫਿਰ ਮੈਨੂੰ ਸਾਰੇ ਕੁੱਟਣ ਪੈ ਜਾਂਦੇ ਸੀਗੇ। ਜਦੋਂ ਮੈਨੂੰ ਕੁੱਟਣ ਪੈ ਜਾਂਦੇ ਸੀਗੇ, ਫਿਰ ਮੈਂ ਉਹਨਾਂ ਨੂੰ ਕੀ ਦੱਸਦੀ? ਮੈਂ ਆਪਣੇ ਮਾਂ ਬਾਪਾਂ ਨੂੰ, ਮੇਰੇ ਤੋਂ ਫੋਨ ਖੋਲ ਲਿਆ ਉਹਨਾਂ ਨੇ, ਮੈਂ ਤੋਂ ਮੈਨੂੰ ਜਿੰਦੇ ਵੀ ਲਾ ਲਿਆ। ਹਾਂਜੀ, ਮੇਰੇ ਤੋਂ ਮੁੰਡਾ ਕੌਣ ਆਏ ਸੀਗੇ? ਮੇਰੀ ਨਣਦੇ ਦੇ ਬੱਚਾ ਨਹੀਂ ਹੁੰਦਾ, ਉਹਦੇ 8 ਸਾਲ ਵਿਆਹ ਨੂੰ ਹੋ ਗਏ। ਮੇਰੇ ਤੋਂ 20,000 ਰੁਪਇਆ ਕਹਿੰਦੇ ਲੈ ਲਾ, ਮੈਨੂੰ ਮੁੰਡਾ ਦੇ ਦੇ। ਮੈਂ ਕਿਹਾ ਮੈਂ ਨਹੀਂ ਦੇਣਾ ਮੁੰਡਾ ਆਪਣਾ। ਅਤੇ ਮੇਰੇ ਤੋਂ ਮੁੰਡਾ ਮੰਗਦੇ ਨੇ ਕਿ ਮੇਰੇ ਘਰ ਆ ਕੇ ਮੇਰੇ ਹਮਲਾ ਕੀਤਾ, ਮੇਰੇ 'ਤੇ ਪੈਟਰੋਲ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਅਤੇ ਇਸ ਤੋਂ ਬਾਅਦ ਮੇਰੇ ਸਾਡੇ ਘਰ ਦੇ ਮਤਲਬ ਸਾਰੇ ਮੁੰਡੇ ਬਚਾਉਣ ਆਏ ਮੈਨੂੰ, ਅਤੇ ਉਹਨਾਂ ਮਚਾਉਣ ਆਏ ਅਤੇ ਸਾਡੇ ਜਾਂਦੇ ਜਾਂਦੇ ਇੱਟਾਂ ਮਾਰਨ ਲੱਗ ਗਏ, ਰੋੜੇ ਮਾਰਦੇ। ਅਤੇ ਉਹ ਮੁੰਡੇ ਨਾਲ ਨਜਾਇਜ਼ ਹੋਈ, ਉਹਨਾਂ ਦਾ ਕੋਈ ਕਸੂਰ ਨਹੀਂ ਸੀ ਮੁੰਡੇ ਵੀਰੇ ਦਾ, ਸਾਡੇ ਦਾ, ਮੇਰਾ ਭਰਾ ਹੀ ਆ। ਭੈਣਾਂ ਤਾਂ ਸਾਰੇ ਦੀਆਂ ਸਾਂਝੀਆਂ ਹੁੰਦੀਆਂ। ਲੜਕਾ ਕਿੱਥੇ ਰਹਿੰਦਾ? ਹਾਂਜੀ, ਕਿੱਥੇ ਰਹਿੰਦਾ ਲੜਕਾ ਜੀ? ਟਾਈਮ ਲਾਗੇ ਲਹਾਰੇ ਰਹਿੰਦੇ ਨੇ, ਲਹਾਰਾ ਕਲੋਨੀ। ਕਿਸ ਤਰ੍ਹਾਂ ਕੀ ਕਾਰਵਾਈ ਦੀ ਮੰਗ ਕਰਦੇ ਹੋ? ਅਸੀਂ ਵੀ ਇਹੀ ਇਨਸਾਫ ਚਾਹੁੰਦੇ ਹਾਂ। ਠੀਕ ਜੀ ਮੈਡਮ, ਕੀ ਨਾਮ ਤੁਹਾਡਾ? ਮੇਰਾ ਨਾਮ ਹਰਮੀਤ ਕੌਰ ਆ ਜੀ। ਕੀ ਕਰਨ ਨੇ ਜੀ? ਮੈਂ ਜਲੰਧਰ ਵਿਆਹੀ ਹਾਂ, ਇੱਥੇ ਮੇਰਾ ਢੋਲੇ ਵਾਲ ਮੇਰੇ ਪੇਕੇ ਆ ਜੀ। ਹਾਂਜੀ, ਅਤੇ ਜਿਹੜੇ ਮੁੰਡੇ ਨੇ ਹਮਲਾ ਕੀਤਾ ਹੈ, ਕੌਣ ਹੈ ਮੁੰਡਾ? ਉਹ ਜੀ ਇਹਦਾ ਘਰ ਵਾਲਾ ਹੈ, ਸਾਡੇ ਗੁਆਂਢ 'ਚ ਰਹਿੰਦੇ ਆ, ਮੁਹੱਲੇ 'ਚ ਇਹਦਾ ਘਰ ਵਾਲਾ ਆ ਜੀ। ਸ਼ਿਮਲਾਪੁਰੀ ਦਾ ਮੁੰਡਾ ਆ ਜੀ। ਗੱਲਬਾਤ ਹੋਈ ਸੀ ਜੀ, ਮੁੰਡਾ ਖੋਣ ਆਇਆ ਸੀ ਇੱਥੇ ਮਿੱਟੀ ਦਾ ਤੇਲ ਪਾ ਕੇ, ਅਤੇ ਮੁੰਡਾ ਖੋਣ ਆਇਆ ਸੀ, ਮੁਹੱਲੇ ਦੇ ਮੁੰਡਿਆਂ ਨੇ ਉਹਨੂੰ ਭਜਾਤਾ ਇੱਥੋਂ, ਇਹਨੂੰ ਕੁੜੀ ਨੂੰ ਬਚਾ ਲਿਆ ਮਰਨ ਤੋਂ। ਜਾਂਦੇ ਜਾਂਦੇ ਨੇ ਬਜ਼ੁਰਗ ਦਾ ਸਿਰ ਪਾੜਤਾ ਜੀ ਸਾਡੇ ਮੁਹੱਲੇ ਦਾ। ਰਾਤ ਨੂੰ ਮੁੰਡੇ ਜਾ ਕੇ ਉਹਦੇ ਸਿਵਲ ਹਸਪਤਾਲ ਪੱਟੀ ਕਰਵਾਉਣ ਗਏ ਸੀ ਅਤੇ ਪਰਚਾ ਬਣਵਾਉਣ ਗਏ ਸੀ। ਮੇਰਾ ਭਰਾ ਡਿਊਟੀ 'ਤੇ ਸੀ, ਉਹਨੂੰ ਰਸਤੇ 'ਚ ਕਹਿੰਦੇ ਤੂੰ ਵੀ ਆ ਜਾ, ਆਪਾਂ ਪਰਚਾ ਕਰਵਾਉਣਾ। ਅਤੇ ਜਦੋਂ ਜੀ ਇਹ ਮੇਰਾ ਭਰਾ ਉਹਨਾਂ ਦੇ ਨਾਲ ਰਸਤੇ 'ਚ ਮਿਲਿਆ, ਇਹ ਜਦੋਂ ਪੱਟੀ ਪੁੱਟੀ ਕਰਾ ਕੇ ਪਰਚਾ ਕਰਾ ਕੇ ਵਾਪਸ ਆ ਰਹੇ ਸੀ, ਉਹ ਮੁੰਡੇ ਹੀ ਇਨੋਵਾ ਵਿੱਚ ਸੀ, 12-13 ਮੁੰਡੇ ਜੀ, ਗੁੰਡੇ ਸੀ ਪੂਰੇ ਗੁੰਡੇ। ਅਸੀਂ ਵੀਡੀਓ ਦੇਖੀ ਆ, ਪੂਰੇ ਗੁੰਡੇ ਸੀ। ਉਹਨਾਂ ਨੇ ਐਡੇ ਐਡੇ ਹਥਿਆਰ ਕੱਢੇ, 2 ਮੁੰਡੇ ਪਿੱਛੇ ਬੈਠੇ ਸੀ, ਉਹਨਾਂ ਨੂੰ ਤਾਂ ਭੱਜਣ ਦਾ ਮੌਕਾ ਮਿਲ ਗਿਆ। ਉੱਥੋਂ ਮੋਟਰਸਾਈਕਲ ਹੀ ਨਹੀਂ ਸੰਭਾਲਿਆ ਗਿਆ ਮੇਰੇ ਭਰਾ ਤੋਂ, ਉਹਨਾਂ ਨੇ ਐਡੇ ਐਡੇ ਹਥਿਆਰ ਪੈਂਦੇ ਸਾਰੀ ਮਾਰਨੇ ਸ਼ੁਰੂ ਕਰਤੇ। ਮੇਰੇ ਭਰਾ ਨੇ ਮੈਨੂੰ ਪੂਰੀ ਸਟੋਰੀ ਦੱਸੀ, ਉੱਥੋਂ ਬੋਲਿਆ ਨਹੀਂ ਸੀ ਜਾਂਦਾ। ਕਹਿੰਦਾ ਭੈਣੇ ਮੇਰੀ ਮਾਂ ਫੜੀ ਉਹਨੇ, ਕਹਿੰਦਾ ਪਹਿਲਾਂ ਇੱਦਾਂ ਟੱਕ ਮਾਰੇ ਵੱਡੇ ਵੱਡੇ, ਕਹਿੰਦਾ ਇਹਨੂੰ ਸਾਲੇ ਦੀ ਪਹਿਲਾਂ ਬਾਂਹ ਤੋੜਨੀ ਆ, ਟੱਕ 5-6 ਮਾਰੇ ਇੱਦਾਂ ਜ਼ੋਰ ਜ਼ੋਰ ਕੇ। ਕਹਿੰਦਾ ਜਦੋਂ ਮੈਂ ਕਿਹਾ ਹੋਸਪਿਟਲ 'ਚ ਜੀ ਦੇਖਿਆ ਨਹੀਂ ਜਾਂਦਾ, ਕਹਿੰਦਾ ਮੈਂ ਕਿਹਾ ਵੀਰੇ ਮੇਰੀ ਬਾਂਹ ਟੁੱਟ ਗਈ ਵੀਰੇ, ਹੁਣ ਟੁੱਟ ਗਈ, ਹੁਣ ਤਾਂ ਮੈਨੂੰ ਛੱਡ ਦੇ। ਕਹਿੰਦਾ ਮਜ਼ਾ ਨਹੀਂ ਆਉਂਦਾ, ਮਜ਼ਾ ਨਹੀਂ ਆਉਂਦਾ, ਬੰਦਾ ਸਰਦਾਰ ਜਿਹਾ, ਉਹਦੇ ਇੱਥੇ ਨੱਕ 'ਤੇ ਥੋੜ੍ਹਾ ਜਿਹਾ ਨਿਸ਼ਾਨ ਆ, ਕਹਿੰਦਾ ਸਾਨੂੰ ਮਜ਼ਾ ਨਹੀਂ ਆਇਆ। ਫਿਰ ਉਹਨਾਂ ਨੇ ਕੀ ਕੀਤਾ, ਉਹਦੇ ਸਿਰ 'ਤੇ ਕੁਰਬਾਨਾ ਮਾਰਨੀਆਂ ਸ਼ੁਰੂ ਕਰਤੀਆਂ ਭਾਅ ਜੀ ਉਹਦੇ ਸਿਰ 'ਤੇ। ਬਾਈਕ ਮੁੱਦੀ ਕਰਕੇ ਜੋ ਪਹਿਲਾਂ ਪੈਟਰੋਲ ਕੱਢਿਆ, ਫਿਰ ਉੱਤੇ ਅੱਗ ਲਾ ਦਿੱਤੀ ਜੀ, ਕਿਸ਼ਤਾਂ 'ਤੇ ਖਿੱਦੀ ਸੀ। ਉਹਦੇ ਵਿੱਚ ਪਹਿਲਾਂ ਹੀ ਮੁਕੱਦਮਾ ਨੰਬਰ 101-2519 ਦਾ 307 ਅਤੇ ਹੋਰ ਧਾਰਾਵਾਂ ਦੇ ਤਹਿਤ ਦਰਜ ਹੋ ਗਿਆ, ਜਿਹਦੇ ਵਿੱਚ ਅਸੀਂ 3 ਦੋਸ਼ੀ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ।
ਪਰਿਵਾਰ ਵਿਆਹ ਸ਼ਮੂਲੀਅਤ ਮਗਰੋਂ ਮੋਰਿੰਡਾ ਪਰਤ ਰਿਹਾ ਸੀ। ਇਸ ਦੌਰਾਨ ਕਾਰ ਗੜਾਂਗਾ ਕੋਲ ਕੰਟਰੋਲ ਗਵਾ ਕੇ ਪਲਟ ਗਈ ਤੇ ਸੜਕ ਕਿਨਾਰੇ ਖੜੇ ਗੰਦੇ ਪਾਣੀ ਵਿੱਚ ਜਾ ਡਿੱਗੀ, ਜਿਸ ਕਾਰਨ ਪੂਰਾ ਪਰਿਵਾਰ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਪਤਾ ਨਹੀਂ ਇਹਨਾਂ ਦੀ ਅੱਖ ਲੱਗੀ ਕੀ ਹੋਇਆ, ਇਹਨਾਂ ਨੇ ਰੋਂਗ ਸਾਈਡ ਜਾ ਕੇ ਜੀ ਇਹ ਗੱਡੀ ਪਾਣੀ 'ਚ ਜੜ ਗਈ ਜੀ। ਅੱਛਾ, ਅਤੇ ਜਿੱਥੇ ਪਈ ਹੈ ਜੀ ਇੱਥੇ ਹੀ ਹੋਈ ਹੈ? ਨਹੀਂ, ਇੱਥੇ ਤਾਂ ਟਰੈਕਟਰ ਨਾਲ ਖਿੱਚ ਕੇ ਕਰੀ ਆ ਜੀ, ਪਹਿਲਾਂ ਪਾਣੀ ਦੇ ਵਿੱਚ ਸਹੀ ਹੈ। ਇਹਦੇ ਚਾਰੇ ਟਾਇਰ ਉੱਤੇ ਨੂੰ ਅਤੇ ਸਿਰਫ ਟਾਇਰੇ ਦਿਖਦੇ ਸੀ, ਸਾਰੀ ਗੱਡੀ ਡੁੱਬੀ ਹੋਈ ਸੀ ਪਾਣੀ 'ਚ। ਅਤੇ ਪਬਲਿਕ ਦੀ ਮਦਦ ਨਾਲ ਮਤਲਬ ਕੀਤਾ ਜੀ? ਹਾਂ ਜੀ, ਇਹ ਇੱਥੇ ਆਪਣੇ ਸ਼ੇਰਗੜ੍ਹ ਬਾੜੇ ਤੋਂ ਆ ਗਏ ਤਿੰਨ ਬੰਦੇ ਜੀ, ਇੱਕ ਭਈਆ ਸੀ ਜੀ, ਚਾਰ ਜਣੇ ਟਰੈਕਟਰ ਨਾਲ ਖਿੱਚ ਕੇ ਕੱਢੀ ਆ ਜੀ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਵਾਲਿਆਂ ਤੋਂ ਹੀ ਕਿ ਗੜਾਂਗਾ ਵਿਖੇ ਇੱਕ ਗੱਡੀ ਡੁੱਬੇ ਵਿੱਚ ਗਿਰੀ ਹੋਈ ਹੈ। ਜੋ ਇਹ ਹਾਦਸਾ ਹੋਇਆ ਇਹਦੀ ਕੋਈ ਵੀ ਪੁਸ਼ਟੀ ਨਹੀਂ ਹੋ ਪਾਈ ਕਿ ਕਿਵੇਂ ਹੋਇਆ, ਪੜਤਾਲ ਕਰ ਰਹੇ ਹਾਂ। ਕਿੰਨੇ ਬੰਦਿਆਂ ਦੀ ਡੈਥ ਹੋਈ ਹੈ ਜੀ? ਚਾਰ ਬੰਦਿਆਂ ਦੀ ਡੈਥ ਹੋਣੀ ਪਾਈ ਗਈ ਹੈ, ਜਿਹਦੇ ਵਿੱਚ ਇੱਕ ਮੇਲ ਹੈ ਅਤੇ ਤਿੰਨ ਫੀਮੇਲ ਹੈ। ਕਿੱਥੋਂ ਬਿਲੋਂਗ ਕਰਦੇ ਆ ਬੰਦੇ ਜੀ? ਇਹ ਬੰਦੇ ਸਾਰੇ ਮੋਰਿੰਡੇ ਤੋਂ ਬਿਲੋਂਗ ਕਰਦੇ ਹਨ। ਅੰਮ੍ਰਿਤਸਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਿਨ੍ਹਾਂ ਨੂੰ ਪਿਛਲੇ ਸਮੇਂ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ, ਜੋ ਕਿ ਬਹੁਤ ਮੰਦਭਾਗੀ ਘਟਨਾ ਹੈ। ਇਸ ਸੰਬੰਧੀ ਉਹਨਾਂ ਕਿਹਾ ਕਿ ਸਮੁੱਚੀ ਸਿੱਖ ਜਥੇਬੰਦੀਆਂ ਨੂੰ ਆਪਸੀ ਰੰਜਿਸ਼ਾਂ ਨੂੰ ਛੱਡ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰਾਂ 'ਤੇ ਦਬਾਅ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਦਵਾਈ ਜਾ ਸਕੇ। ਪਿਛਲੇ ਦਿਨੀ ਦਿੱਲੀ ਦੇ ਵਿੱਚ ਜੋ ਨਸਲਕੁਸ਼ੀ ਹੋਈ ਹੈ ਉਹਦੇ ਦੋਸ਼ੀ ਅਦਾਲਤ ਵੱਲੋਂ ਬਰੀ ਹੋਏ ਨੇ ਔਰ ਇਹਦੇ ਨਾਲ ਸਿੱਖ ਮਨਾਂ ਨੂੰ ਬਹੁਤ ਭਾਰੀ ਠੇਸ ਪੁੱਜੀ ਹੈ ਅਤੇ ਮੈਂ ਜਿੰਨੀਆਂ ਵੀ ਸਿੱਖਾਂ ਦੀਆਂ ਸੰਪਰਦਾਵਾਂ ਨੇ ਸੰਸਥਾਵਾਂ ਨੇ ਉਹਨਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਆਪਸ ਦੇ ਵਿੱਚ ਭਾਵੇਂ ਲੱਖ ਮਤਭੇਦ ਰੱਖੋ ਪਰ ਜਦੋਂ ਇਸ ਤਰ੍ਹਾਂ ਦੇ ਕੌਮੀ ਇਸ਼ੂ ਆ ਜਾਂਦੇ ਆ ਤਾਂ ਉੱਥੇ ਸਾਰੇ ਜਿਹੜੇ ਆ ਉਹ ਏਕਤਾ ਦਾ ਸਬੂਤ ਦਿਓ ਅਤੇ ਏਕਤਾ ਦਾ ਸਬੂਤ ਦਿੰਦਿਆਂ ਇਕੱਠਿਆਂ ਹੋ ਕੇ ਜਿਹੜੀਆਂ ਕੌਮੀ ਲੜਾਈਆਂ ਨੇ ਚਾਹੇ ਉਹ ਨਸਲਕੁਸ਼ੀ ਦੇ ਦੋਸ਼ੀਆਂ ਦੇ ਵਿਰੁੱਧ ਨੇ ਜਾਂ ਹੋਰ ਨੇ ਉਹ ਲੜੀਏ ਤਾਂ ਜੋ ਇਹੋ ਜਿਹੜੇ ਦੋਸ਼ੀ ਬਰੀ ਹੁੰਦੇ ਆ ਉਹ ਬਰੀ ਨਾ ਹੋਣ ਕਿਉਂਕਿ ਕਿਤੇ ਨਾ ਕਿਤੇ ਸਾਡੇ ਦੇ ਵਿੱਚ ਵੀ ਸਾਡੀ ਏਕਤਾ ਦੀ ਜਿਹੜੀ ਆ ਕਮੀ ਹੈ ਅਤੇ ਅਸੀਂ ਜਿਹੜੀ ਆ ਡਟ ਕੇ ਜਿਹੜਾ ਅਦਾਲਤਾਂ ਦੇ ਵਿੱਚ ਫਾਈਟ ਕਰੀਏ ਲੜਾਈ ਲੜੀਏ ਅਤੇ ਇਹ ਦੋਸ਼ੀ ਜਿਹੜੇ ਆ ਕਿਸੇ ਵੀ ਕੀਮਤ ਦੇ ਉੱਤੇ ਬਾਹਰ ਨਾ ਆਉਣ ਅਤੇ ਜਿਹੜੇ ਬਾਹਰ ਆ ਗਏ ਆ ਉਹਨਾਂ ਨੂੰ ਵੀ ਜਿਹੜਾ ਹੈ ਸੰਸਥਾਵਾਂ ਅੰਦਰ ਕਰਾਉਣ ਵਾਸਤੇ ਦੁਬਾਰਾ ਜਿਹੜਾ ਉਹ ਚਾਰਾਜੋਈ ਕਰਨ। ਉਧਰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਮੋਨਾਰਕ ਨਾਂ ਦਾ ਵਿਦਿਆਰਥੀ ਰਹੱਸਮਈ ਪ੍ਰਸਥਿਤੀਆਂ ਵਿੱਚ ਲਾਪਤਾ ਹੋ ਗਿਆ, ਜੋ ਕਿ ਜੰਮੂ ਦਾ ਰਹਿਣ ਵਾਲਾ ਸੀ। ਲਾਪਤਾ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਉਸ ਦੀ ਤਲਾਸ਼ ਵਿੱਚ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਉਧਰ ਪੁਲਿਸ ਵੀ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਵੱਲੋਂ ਕਾਲਜ ਦੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਕਿ ਲਾਪਤਾ ਨੌਜਵਾਨ ਦੀ ਸਕੂਟਰ ਰੇਲਵੇ ਸਟੇਸ਼ਨ ਤੋਂ ਬਰਾਮਦਗੀ ਹੋਈ ਹੈ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਕੁਝ ਵੀ ਕਹਿਣਾ ਨਾਮੁਮਕਿਨ ਹੈ। ਬੇਟਾ ਜੀ ਐਤਵਾਰ ਸਵੇਰੇ 8 ਵਜੇ ਤੋਂ ਮੈਨੂੰ ਫੋਨ ਕਰ ਰਿਹਾ, ਲੇਕਿਨ ਬਾਅਦ 'ਚ ਫਿਰ ਆ ਕੇ ਇਨਵੈਸਟੀਗੇਸ਼ਨ ਕੀਤੀ ਹੈ ਅਤੇ 3:54 ਤੋਂ ਨਿਕਲਿਆ ਅਤੇ ਉਸ ਤੋਂ ਬਾਅਦ ਕੀ ਨਾਲ ਲੈਂਦੇ ਉਹਦਾ ਕੋਈ ਪਤਾ ਨਹੀਂ ਹੈਗਾ। ਫੋਨ ਉਹਦਾ ਸਵਿੱਚ ਆਫ ਆ ਰਿਹਾ ਹੈਗਾ। GMC ਮੈਡੀਕਲ ਕਾਲਜ ਅੰਮ੍ਰਿਤਸਰ ਤੋਂ MBBS ਦਾ ਸਟੂਡੈਂਟ ਹੈ, ਹੋਸਟਲ 'ਚ ਰਹਿੰਦਾ ਹੈਗਾ। ਮੈਂ ਅਪੀਲ ਕਰਨਾ ਚਾਹੁੰਦਾ ਕਿ ਮੇਰਾ ਬੱਚਾ ਜੇ ਕਿਸੇ ਨੂੰ ਲੱਭੇ ਤਾਂ ਉਹ ਮੈਨੂੰ 9876645347 ਨੰਬਰ ਦੇ ਉੱਤੇ ਕੀ ਨਾਲ ਲੈਂਦੇ ਅਗਾਹ ਕਰੇ। ਮਾਮਲਾ ਲੜਕਾ ਇੱਥੇ ਪੜ੍ਹਦਾ ਮੈਡੀਕਲ ਕਾਲਜ 'ਚ, ਉਹ ਗੁੰਮ ਆ। ਉਹਦਾ ਪਤਾ ਲੱਗ ਗਿਆ ਵੀ ਜੀ 4:43 'ਤੇ ਇੱਥੋਂ ਚੜ੍ਹ ਕੇ ਹਜ਼ੂਰ ਸਾਹਿਬ ਚਲ ਗਿਆ ਵਾ 3:00 'ਤੇ। ਹੋਰ ਰਸਤੇ ਕਿੱਥੇ ਉੱਤਰ ਇਹਦੇ ਬਾਰੇ ਪਤਾ ਕਰ ਰਹੇ ਆਪਾਂ। ਸਰ ਸੁਸਾਈਡ ਨੋਟ ਵੀ ਮਿਲਿਆ ਹੈਗਾ? ਨਹੀਂ, ਉਹ ਤਾਂ ਉਹ ਲਿਖਿਆ ਉਹ 'ਚ ਕੋਈ ਜ਼ਿਆਦਾ ਕੋਈ ਖਾਸ ਨਹੀਂ ਲਿਖਿਆ ਉਹਨੇ, ਉਹ ਕਲੀਅਰ ਨਹੀਂ। ਕੋਈ ਬੰਦਾ ਬਿਲਕੁਲ ਠੀਕ ਠਾਕ ਵਾ, ਸੁਸਾਈਡ ਦਾ ਹੁੰਦਾ ਜੇ ਕੋਈ ਗੱਲਬਾਤ ਹੋ ਜਾਵੇ ਸੁਸਾਈਡ ਦਾ ਉਹਦਾ।